ਅੱਜ ਦੇ ਦੌਰ ਦੇ ਵਿੱਚ ਕੈਨੇਡਾ ਸਟੱਡੀ ਵੀਜ਼ਾ ਹਰ ਬੱਚਾ ਲੈਣ ਦੇ ਵਿੱਚ ਕਾਮਯਾਬ ਨਹੀਂ ਹੋ ਪਾਇਆ ਚਾਹੇ ਉਹ ਫਰੈਸ਼ ਪਾਸ ਆਊਟ ਸਿਗਾ ਚਾਹੇ 1-2 ਸਾਲ ਦਾ ਉਹਨਾਂ ਦੀ ਪੜ੍ਹਾਈ 'ਚ ਗੈਪ ਸਿਗਾ ਜਾਂ ਜ਼ਿਆਦਾ ਗੈਪ ਸਿਗਾ ਤੇ ਉਹ ਵੀ ਬੱਚੇ ਅੱਜ ਦੇ ਦੌਰ ਵਿੱਚ ਕਾਮਯਾਬ ਹੋਏ ਜਿਹੜੇ ਕਿ ਆਪਣੀ ਹਿੰਮਤ ਛੱਡ ਚੁੱਕੇ ਸੀ ਮਲਟੀਪਲ ਟਾਈਮ ਰਿਫਿਊਜ਼ ਸਿਗੇ ਉਹਨਾਂ ਕੋਲ ਹੋਰ ਅਗੇ ਕੋਈ ਆਪਸ਼ਨ ਵੀ ਨਹੀਂ ਬਚਦੀ ਸੀ ਤੇ ਉਹਨਾਂ ਨੇ ਅਪਲਾਈ ਕੀਤਾ ਤੇ ਉਹ ਵੀ ਆਪਣੀ ਬੱਚਾ ਵੀਜ਼ਾ ਲੈ ਗਏ ਸੋ ਅੱਜ ਦੀ ਇਸ ਵੀਡੀਓ 'ਚ ਆਪਾਂ ਗੱਲ ਕਰਨੀਆਂ ਉਹ ਸਾਰੇ ਬੱਚਿਆਂ ਬਾਰੇ ਜਿਨ੍ਹਾਂ ਦਾ ਸੁਪਨਾ ਕੈਨੇਡਾ ਜਾਣ ਦਾ ਪੂਰਾ ਨਹੀਂ ਹੋ ਸਕਿਆ ਸੋ ਅੱਜ ਅਸੀਂ ਉਹਨਾਂ ਨੂੰ ਟਿਪਸ ਦੇਣੇ ਆ ਉਹ ਬੱਚਿਆਂ ਨੂੰ ਐਡਵਾਈਸ ਦੇਣੀ ਆ ਉਹ ਬੱਚੇ ਕਿਹੜਾ ਕੰਮ ਕਰਨ ਜਦੋਂ ਉਹਨਾਂ ਨੇ ਦੁਬ ਕਰਨਤਾ ਉਹਨਾਂ ਦੇ ਜਿਹੜੇ ਵੀਜ਼ਾ ਦੇ ਚਾਂਸਸ ਬਹੁਤ ਜ਼ਿਆਦਾ ਹਾਈ ਹੋ ਜਾਣ। ਸੋ ਹਰ ਸਟੂਡੈਂਟ ਨੂੰ ਮੈਂ ਕਹਾਂਗਾ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ। ਬਹੁਤ سارے ਸਟੂਡੈਂਟਸ ਆ ਜਿਹੜੇ ਅੱਜ ਦੇ ਵੀਜ਼ਾ ਨਹੀਂ ਲੈ पाए ਸੋ ਇਸ ਵੀਡੀਓ ਤੇ ਅਸੀਂ ਜਿਹੜੇ ਟਿਪ ਸ਼ੇਅਰ ਕਰਨੇ ਆ। ਸੋ ਉਹਨਾਂ ਦੇ ਕੰਮ ਕਰਕੇ ਜ਼ਰੂਰ ਆਪਣਾ ਉਹ ਵੀ ਵੀਜ਼ਾ ਲੈਣ ਦੇ ਚਾਂਸਸ ਹਾਈ ਕਰ ਸਕਦੇ ਆ। ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਤੀਰ ਸਿੰਘ ਤੇ ਮਾਸ ਕਰਦਾ। ਤੁਸੀਂ ਸਾਰੇ ਜਾਣੇ ਰਾਜੀ ਖੁਸ਼ੀ ਦੇ ਚੜ੍ਹਦੀ ਕਲਾ 'ਚ ਹੋਵਗੇ। ਸੋ ਆਪਾਂ ਗੱਲ ਕਰਨੀ ਆਪਾਂ ਕੈਨੇਡਾ ਬਾਰੇ ਕਿਉਂਕਿ ਇਹ ਮੰਚ ਆਗਾ ਸਿਰਫ ਕੈਨੇਡਾ ਸਟੱਡੀ ਵੀਜ਼ਾ ਦਾ। ਸੋ ਗੱਲ ਕੀਤੀ ਜਾਂਦੀ ਬਹੁਤ سارے ਬੱਚੇ ਆ ਜਿਹੜੇ ਬੜੇ ਲੰਬੇ ਸਮੇਂ ਤੋਂ ਇਸ ਸ਼ੋਅ ਦੇ ਸਾਡੇ ਨਾਲ ਜੁੜੇ ਹੋਏ ਸੀਗੇ ਲਾਈਵ ਸ਼ੋਅਜ਼ ਦੇ ਦੌਰਾਨ ਇਸੇ ਮੰਚ ਤੇ ਵੀ ਤੇ ਕਈ ਬੱਚਿਆਂ ਦਾ ਸੁਪਨਾ ਨਹੀਂ ਪੂਰਾ ਹੋ ਸਕਿਆ ਉਹ ਬੱਚੇ ਹਿੰਮਤ ਛੱਡ ਗਏ ਪਰ ਉਹਨਾਂ ਬੱਚਿਆਂ ਨੂੰ ਮੈਂ ਕਹਣਾ ਚਾਹਾਂਗਾ ਜੇ ਬਾਹਰ ਜਾਂਦਾ ਹੈ ਸੁਪਨਾ ਦੇਖਿਆ ਤੇ ਉਹਨੂੰ ਪੂਰਾ ਕਰਾਂ ਦੇ ਵੀ ਪੂਰੀ ਹੌਨ ਹਿੰਮਤ ਰੱਖਣੀ ਆ ਸੋ ਐਡਵਾਈਸ ਜਿਹੜਾ ਮੈਂ ਰੀ ਅਪਲਾਈ ਵਾਲੇ ਸਟੂਡੈਂਟਸ ਨੂੰ ਜਦੋਂ ਬੱਚੇ ਦੀ ਰਿਫਿਊਜ਼ਲ ਆ ਜਾਂਦੀ ਨਾ ਸੋ ਬੱਚਾ ਉਹਦਾ ਨਾ ਕਿਤੇ ਨਾ ਕਿਤੇ ਕਨਫਿਊਜ਼ ਹੋ ਜਾਂਦਾ ਹੁਣ ਕੀ ਕਰੇ ਕਿੱਥੇ ਗਲਤੀ ਹੋਈ ਕੰਸਲਟੈਂਟ ਗਲਤ ਸੀ ਕਾਲਜ ਗਲਤ ਸੀ ਕੋਰਸ ਗਲਤ ਸੀ ਕਿੱਥੇ ਗਲਤ ਹੋ ਗਿਆ ਜਾਂ ਬੱਚੇ ਦੀ ਕਿਹਾ ਪ੍ਰੋਫਾਈਲ ਚ ਗਲਤੀ ਸੀ ਸੋ ਹੁਣੇ ਹੀ ਜਿਹੜੇ ਥੋੜੀ ਦੇਰ ਪਹਿਲਾਂ ਕਾਉਂਸਲਿੰਗ ਲੈ ਕੇ ਆਇਆ ਦੋ ਤਿੰਨ ਬੱਚੇ ਲਗਾਤਾਰ ਇਦਾਂ ਦੇ ਬੱਚੇ ਨੂੰ ਮਿਲਿਆ ਹੈ कि ਜਿਹਨਾਂ ਦੀ ਪ੍ਰੋਫਾਈਲ ਤੇ ਜਦੋਂ ਸਾਹਮਣੇ ਟੇਬਲ ਤੇ ਪਈ ਆ ਤੇ ਬੰਦਾ ਗਾਰੰਟੀ ਚੱਕ ਸਕਦਾ ਕਿ ਇਹ ਬੱਚਾ ਰਿਫਿਊਜ਼ ਕੋਈ ਚਾਂਸ ਹੀ ਨਹੀਂ ਜੋ ਰਿਫਿਊਜ਼ ਅੱਜ ਮੈਂ ਤੁਹਾਡੇ ਨਾਲ ਡਿਸਕਸ ਕਰਾਂ ਜੇ ਬੱਚਾ 21 ਪਾਸਸ ਹੋਵੇ 90% ਬੈਂਡ ਆਨ 8 90% ਸਕੋਰ ਹੋਵੇ 8 ਬੈਂਡਸ ਆਉਣ ਉਹ ਬੱਚੇ ਦੇ ਯੂਕੇ ਟਰੈਵਲਡ ਹੋਵੇ ਯੂਐਸਏ ਟਰੈਵਲਡ ਹੋਵੇ ਤੇ ਬੱਚਾ ਜੇ ਸਟੱਡੀ ਵੀਜ਼ਾ ਰਿਫਿਊਜ਼ ਕਰ ਜੇ ਤੇ ਯੂਨੀਵਰਸਿਟੀ ਵੀ ਵਨ ਆਫ ਦਾ ਰਿਪਿਊਟਡ ਨਾਮ ਲਈ ਲੈਣਾ ਚਾਹੁੰਗਾ ਕਿ ਦੇ ਬੱਚੇ 네ਗੇਟਿਵ ਨਾ ਹੋ ਜਾਣ ਸੋ ਜਿੱਥੇ ਕੱਟ ਆਫ ਲੈਸ ਸੀ 85% ਆ ਉਸ ਯੂਨੀਵਰਸਿਟੀ ਚ ਉਹਦੀ ਐਡਮਿਸ਼ਨ ਉਹਦੇ ਬੱਚਾ ਰਿਫਿਊਜ਼ ਹੋਵੇ ਸੋ ਨਾਲ ਦੀ ਨਾਲ ਹੋਰ ਵੀ ਸਾਰੇ ਬੱਚੇ ਆ ਜਿਹੜੇ ਕਿ ਰਿਜਨਲ ਏਰੀਆ ਜੀਆਂ ਟਾਪ ਦੀਆਂ ਯੂਨੀਵਰਸਿਟੀਜ਼ ਐਡਮਿਸ਼ਨ ਆ ਉਹ ਵੀ ਬੱਚੇ 21 ਪਾਸਵਰਡ ਰਿਫਿਊਜ਼ ਹੋਏ ਹੋਏ ਆ ਸੋ ਕੀ ਕਾਰਨ ਹੈਗੇ ਆ ਸੋ ਬੱਚੇ ਹੁਣ ਕੀ ਕਰਨ ਸੋ ਪਹਿਲੀ ਤਾਂ ਬਟਾ ਮੈਂ ਐਡਵਾਈਸ ਦੇਣਾ ਚਾਹੂੰਗਾ ਇੱਕ ਰਿਫਿਊਜ਼ਲ ਜੇ ਤੁਹਾਡੀ ਲੱਗੀ ਆ ਸੋ ਜਰੂਰ ਥੋੜਾ ਜਿਹਾ ਪਾਜ਼ ਲੈਣਾ ਚਾਹੀਦਾ ਪਾਜ਼ ਮੀਨ ਇੰਨੀ ਕਿ ਆਪਾਂ ਟਾਈਮ ਲੈ ਲਈਏ ਕਈ ਵਾਰੀ ਕਹਿੰਦੇ ਆ ਕਿ ਬੱਚਿਆਂ ਨੂੰ ਸਲਾਹ ਦਿੱਤੀ ਜਾਂਦੀ ਕਿ ਥੋੜਾ ਜਿਹਾ ਟਾਈਮ ਅਡਮਿਟ ਕਰੀਏ ਕਿ ਕਿੱਥੇ ਗਲਤੀ ਹੋਈ ਆਪਾਂ ਵਰਕਆਊਟ ਤੇ ਕਰੀਏ ਨਾ ਕਿ ਇੱਕ ਦੂਸਰੇ ਨੂੰ ਬਲੇਮ ਕਰਨ ਤੇ ਕਿ ਹਾਂ ਵੀ ਉਹਦੀ ਗਲਤੀ ਹੋਈ ਉਹਦੇ ਕਰਕੇ ਹੋ ਗਈ ਜਾਂ ਮੈਂ ਹੁਣ ਮੈਂ ਕੀ ਕਰਾਂ ਸੋ ਬੱਚੇ ਨੂੰ ਮੈਂ ਕਹੂੰਗਾ ਵਰਕਆਊਟ ਕਰੋ ਆਪਣੀ ਫਾਈਲ ਤੇ ਆਪ ਬੈਠੋ ਚੈੱਕ ਕਰੋ ਕਿ ਤੁਹਾਡੀ ਐਸਓਪੀ ਕੰਪੀਟੀਟਿਵ ਸੀ ਤੁਹਾਡੇ ਕਿਹਦੇ ਕੋਰਸ ਤੁਹਾਡੇ ਕੰਟੈਂਟ ਜਿਹੜੇ ਤੁਹਾਡੇ ਸਬਜੈਕਟਸ ਹੈਗੇ ਆ ਉਹਦੇ ਨਾਲ ਪੂਰਾ ਮੈਚ ਕਰਦਾ ਸੀਗਾ ਇਹ ਦੋ ਚੀਜ਼ਾਂ ਜੇ ਤੁਹਾਡੀਆਂ ਸਹੀ ਹੈਗੀਆਂ ਤੇ ਬਿਲਕੁਲ ਦੁਬਾਰਾ ਰੀਐਪਲਾਈ ਕਰੋ ਤੇ ਬਿਲਕੁਲ ਤੁਸੀਂ ਵੀਜ਼ਾ ਲੈ ਸਕਦੇ ਆ ਸੇ ਨਾਲ ਦੀ ਨਾਲ ਕਿਹੜੇ ਬੱਚਿਆਂ ਨੂੰ ਕਾਲਜ ਚੇਂਜ ਕਰਨਾ ਚਾਹੀਦਾ ਸੋ ਮੇਰਾ ਪਰਸਨਲ ਤਜਰਬਾ ਬੇਟਾ ਕਿਤੇ ਰਿਟਰਨ ਨਹੀਂ ਆਏਗਾ ਜਿੰਨਾ ਕਸੀਂ ਪਿਛਲੇ ਟਾਈਮ ਤੋਂ ਅਸੀਂ ਕੰਮ ਕਰਦੇ ਆ ਸੋ ਮੈਨੂੰ ਇਹਦਾ ਲੱਗਦਾ ਹੈ ਕਿ ਇੱਕ ਕਾਲਜ ਨੂੰ ਦੋ ਮੌਕੇ ਤੁਹਾਨੂੰ ਜ਼ਰੂਰ ਦੇਣੇ ਚਾਹੀਦੇ ਇੱਕ ਇੰਸਟੀਚਿਊਟ ਨੂੰ ਸੇ ਦੋ ਵਾਰੀ ਜੇ ਸੇਮ ਕਾਲਜ ਕੋਰਸ ਤੇ ਤੁਸੀਂ ਰਿਫਿਊਜ਼ ਹੋ ਜਾਂਦੇ ਆ ਸੋ ਬਿਲਕੁਲ ਤੁਹਾਨੂੰ ਬੇਟਾ ਉੱਤੇ ਤਾਨੂੰ ਸੈਕੰਡ ਥਾਟ ਨਹੀਂ ਚਾਹੀਦਾ ਉੱਥੇ ਤੁਹਾਨੂੰ ਰਿਫੰਡ ਅਪਲਾਈ ਕਰ ਦੇਣਾ ਚਾਹੀਦਾ ਬਟਾਂ ਜੇ ਸਿੰਗਲ ਰਿਫਿਊਜ਼ਲ ਹੈਗੀ ਆ ਤੇ ਜੇ ਤੁਹਾਡੀ ਐਸਓਪੀ ਦੇ ਵਿੱਚ ਜੇ ਤੁਸੀਂ ਕੁਝ ਇੰਪਰੂਵਮੈਂਟ ਕਰ ਸਕਦੇ ਆ ਤੁਹਾਨੂੰ ਲੱਗ ਰਿਹਾ ਕਿ ਤੁਹਾਡਾ ਕੋਰਸ ਸਹੀ ਹੈਗਾ ਤੇ ਬਿਲਕੁਲ ਤੁਸੀਂ ਨਾਲ ਦੀ ਨਾਲ ਤੁਸੀਂ ਅਪਲਾਈ ਕਰੋ ਆਪਣਾ ਵੀਜ਼ਾ ਆਉਣ ਦੇ ਚਾਂਸਸ ਜਰੂਰ ਜਰਾ ਤੁਹਾਡੇ ਹੋ ਜਾਣਗੇ ਤੇ ਇੱਕ ਹੋਰ ਮੈਂ ਅੱਜ ਇੱਕ ਨਾ ਨਿਊਜ਼ ਵਾਇਰਲ ਦੇਖ ਰਿਹਾ ਸੀਗਾ ਕਿ ਪਹਿਲੀ ਵਾਰੀ ਜਦ ਰਿਫਿਊਜ਼ਲ ਹੁੰਦੀ ਆ ਆਟੋ ਸਿਸਟਮ ਜਨਰੇਟ ਕਰ ਦਿੰਦਾ ਦੂਜੀ ਵਾਰੀ ਹੁੰਦੀ ਆ ਕਿ ਬੱਚੇ ਦੀ ਫਾਈਲ ਪੜੀ ਜਾਂਦੀ ਆ ਸੋ ਇਟਸ 올 ਮਿਥ ਮੈਂ ਇਹਨੂੰ ਮਿਥ ਹੀ ਕਹਿਣਾ ਚਾਹ ਸਾਡੀ ਫਾਈਲ ਤੇ ਕੰਪਿਊਟਰ ਕੰਮ ਕਰਦਾ ਸਾਡੀ ਫਾਈਲ ਤੇ ਕੋਈ ਪਰਸਨ ਕੰਮ ਕਰਦਾ ਸਾਡੀ ਫਾਈਲ ਦੇ ਰਿਜ਼ਲਟ ਸਾਨੂੰ ਪੋਜ਼ਿਟਿਵ ਚਾਹੀਦਾ ਉਹ ਕਿਦਾਂ ਆਏਗਾ ਉਹ ਤਾਂ ਹੀ ਆਏਗਾ ਜੇਕਰ ਸਾਡੀ ਫਾਈਲ ਤੇ ਪ੍ਰੋਪਰ ਕੰਮ ਵਧੀਆ ਹੋਏਗਾ ਸੋ ਜੋ ਨੋ ਡਾਊਟ ਅੱਜ ਮੈਂ ਤੁਹਾਨੂੰ ਰਿਫਿਊਜ਼ਰਜ਼ ਦੀ ਗੱਲ ਕੀਤੀਆਂ ਬਟ ਬਹੁਤ ਸਾਰੇ ਫਰੈਸ਼ ਪਾਸਪੋਰਟ ਬੱਚੇ ਇਦਾਂ ਦੇ ਵੀ ਹੈਗੇ ਜਿਹੜੇ ਵੀਜ਼ਾਸ ਵੀ ਲੈ ਗਏ ਆ ਸੋ ਪਹਿਲੀ ਵਾਰੀ 24 ਦੇ ਬੱਚੇ ਵੀਜ਼ਾ ਲੈ ਗਏ ਆ ਫਸਟ ਗਰੁੱਪ ਦੇ ਵਿੱਚ ਕੋਈ ਨੰਬਰਸ ਦੀ ਕਮੀ ਨਹੀਂ ਹੈ ਜਿਹੜੇ ਵੀਜ਼ਾਸ ਵੀ ਆਏ ਆ ਬਟ ਹਾਂ ਗੱਲ ਕਰਦੇ ਆ ਜਿਹੜੇ ਬੱਚਿਆਂ ਦਾ ਸੁਪਨਾ ਟੁੱਟਿਆ ਹੋਇਆ ਸੋ ਜ਼ਰੂਰ ਤੁਹਾਨੂੰ ਰੀਐਪ ਤੁਸੀਂ ਲਾਈਟਲੀ ਨਹੀਂ ਲੈਣਾ ਐਸਓਪੀ ਦੇ ਵੀ ਅਸੀਂ ਟਿਪਸ ਦਿੱਤੇ ਹੋਏ ਐਸੇ ਤੁਸੀਂ ਥੱਲੇ ਵੀਡੀਓਸ ਜਾ ਕੇ ਦੇਖ ਸਕਦੇ ਹੋ ਪੁਰਾਣੀਆਂ ਵੀਡੀਓਜ਼ ਤੇ ਜਰੂਰ ਉਹ ਟਿਪਸ ਨੂੰ ਫਾਲੋਅ ਅਪ ਕਰੋ ਕਿ ਤੁਹਾਨੂੰ ਤੁਹਾਡੀ ਐਸਓਪੀ ਦੇ ਵਿੱਚ ਕੀ ਕੀ ਲਿਖਣਾ ਚਾਹੀਦਾ ਕਿਹੜੇ ਕਿਹੜੇ ਪੁਆਇੰਟ ਜ਼ਰੂਰ ਕਵਰ ਹੋਣੇ ਚਾਹੀਦੇ ਆ ਤੇ ਬਿਲਕੁਲ ਰੀ ਅਪਲਾਈ ਕਰਕੇ ਬੱਚੇ ਕੈਨੇਡਾ ਦਾ ਵੀਜ਼ਾ ਲੈਂਦੇ ਆ ਤੇ ਜਰੂਰ ਤੁਸੀਂ ਵੀ ਤੁਹਾਡਾ ਵੀਜ਼ਾ ਵੀ ਆ ਸਕਦਾ ਬਟ ਲਾਈਟਲੀ ਓਵਰ ਕੌਨਫੀਡੈਂਸ ਨਹੀਂ ਹੋਣਾ ਕੰਸਲਟੈਂਟ ਕੋਲ ਜਾ ਕੇ ਬੈਠੋ ਟੈਕਨੀਕਲ ਸਵਾਲਾਂ ਦੇ ਜਵਾਬ ਲਓ ਦੈਨ ਅਪਲਾਈ ਕਰੋ ਫਿਰ ਵੀਜ਼ਾ ਆਏਗਾ ਗੱਲਾਂ ਨਾਲ ਵੀਜ਼ਾ ਬਟਾ ਨਹੀਂ ਹੋਣਾ ਅੱਜ ਤੋ ਉਮੀਦ ਕਰਦਾ ਵਾਈਕੋ ਤੋਂ ਸਾਡੀ ਅਰਦਾਸ ਆ ਹਰ ਬੱਚੇ ਦਾ ਵੀਜ਼ਾ ਜਰੂਰ ਆਵੇ ਹਰ ਪੇਰੈਂਟਸ ਦਾ ਬਾਅਦ ਉਹਨੂੰ ਆਪਣੇ ਬੱਚੇ ਨੂੰ ਬਾਹਰ ਭੇਜਣ ਦਾ ਸੁਪਨਾ ਵੀ ਜਰੂਰ ਪੂਰਾ ਹੋਵੇ ਤੁਹਾਨੂੰ ਕੋਈ ਡਾਊਟ ਹੈਗਾ ਵਾ ਤੁਸੀਂ ਸਾਡੇ ਐਸਈ ਡਿਸਪਲੇ ਹੁੰਦੇ ਨੰਬਰ ਤੇ ਸਾਡੀ ਟੀਮ ਨਾਲ ਕੰਟੈਕਟ ਕਰ ਸਕਦੇ ਹੋ ਸਸਤੀ ਗਾਜੀ